36 ਤੇ ਆ 36 ਦੀ ਦੋਨਾਂ ਦੇ ਫਰਕ ਦੇਖੋ ਬਈ ਐਡਾ ਐਡਾ ਟਾਇਰ ਆ ਬਾਈ ਜੀ ਟਰੱਕ ਤੋਂ ਵੀ ਵੱਡੇ ਟਾਇਰ ਆ ਉਹ ਸਿੱਡਾ ਬਕਵਾਸ ਇਹ ਟਰੈਕਟਰ ਸੀ ਚੱਲਦਾ ਦੇਖਿਆ ਇਹ ਟਰੈਕਟਰ ਸੀ ਉਦੋਂ ਦਾ ਦੇਖਿਆ ਹਾਂਜੀ ਬਾਬੀ ਕੀ ਹਾਲ ਚਾਲ ਵੀ ਸਾਰੇ ਵਧੀਆ ਹਾਜ਼ਰ ਹੈ ਨਾ ਵਲੌਗ ਲੈ ਕੇ ਅਤੇ ਅੱਜ ਦਾ ਵਲੌਗ ਇਹਦੀ ਕੋਟਿੰਗ ਹੋਣੀ ਆ ਇਹਨੂੰ ਬਾਹਰ ਕੱਢਦੇ ਦੋ ਤਿੰਨ ਦਿਨਾਂ ਤੋਂ ਇੱਦੇ ਖੜਾ ਸੀ ਅਤੇ ਮੀਂਹ ਦੇ ਕਰਕੇ ਢੱਕ ਗਿਆ ਪਿਆ ਸੀ ਪੂਰੀ ਚੰਗੀ ਤਰ੍ਹਾਂ ਅਤੇ ਅੱਜ ਇਹਦੀ ਫੁੱਲ ਕੋਟਿੰਗ ਹੋਣੀ ਇੱਥੇ ਕਾਰਨ ਆ ਰਹੇ ਆ ਅਤੇ ਮੈਂ ਹੁਣ ਫਿਲਹਾਲ ਮੇਰਾ ਇਰਾਦਾ ਇਹਨੂੰ ਬਾਹਰ ਕੱਢ ਕੇ ਇਹਨੂੰ ਮਾੜਾ ਹਵੇਲੀ ਲੈ ਕੇ ਜਾਵਾਂ ਉੱਥੇ ਇੱਕ ਆਪਣਾ ਛੱਤੀ 'ਤੇ ਖੜਾ ਉਹਦੇ ਬਰਾਬਰ ਖੜਾ ਕਰਕੇ ਨਾ ਥੋੜ੍ਹਾ ਡਿਫਰੈਂਸ ਦਿਖਾਈਏ ਕਿ ਉਹ ਕਿੱਦਾਂ ਦਿਖਦਾ ਇੱਕ ਨੋਰਮਲ ਛੱਤੀ 'ਤੇ ਕਿੱਦਾਂ ਦਿਖਦਾ ਅਤੇ ਇਹ ਮੋਡੀਫਾਈਡ ਛੱਤੀ 'ਤੇ ਕਿੱਦਾਂ ਦਾ ਲੱਗਦਾ ਸੋ ਦੋਨਾਂ ਦਾ ਫਰਕ ਦਿਖਾਉਂਦੇ ਹਾਂ ਅਤੇ ਮੈਂ ਹੁਣ ਫਿਲਹਾਲ ਇਹਨੂੰ ਪਹਿਲਾਂ ਬਾਹਰ ਕੱਢਦਾ ਹਾਂ ਬਾਹਰ ਕੱਢ ਕੇ ਹਲੇ ਤਾਂ ਵੀ ਨਹੀਂ ਪਤਾ ਸਟਾਰਟ ਹੋਊਗਾ ਕਿ ਨਹੀਂ ਹੋਊਗਾ ਕਿਉਂਕਿ ਉੱਦਾਂ ਦਾ ਖੜਾ ਹੀ ਆ ਜੇ ਤਾਂ ਸਿਸਟਮ ਲਾਇਆ ਹੁੰਦਾ ਜੇ ਬਾਹਰ ਟਾਈਮ ਖੜ ਜਾਵੇ ਤਾਂ ਜਵਾਬ ਦੇ ਹੀ ਜਾਂਦਾ ਜਿੱਥੇ ਤੱਕ ਮੈਨੂੰ ਪਤਾ ਬਾਕੀ ਦੇਖਦੇ ਹਾਂ ਵੀ ਕੀ ਸਿਸਟਮ ਹੁੰਦਾ ਅਤੇ ਕੀ ਨਹੀਂ ਜਿੱਦਾਂ ਵੀ ਹੁੰਦਾ ਨਾਲ ਨਾਲ ਕਰਦੇ ਹਾਂ ਸੋ ਆ ਨਵੀਂ ਬਾਹਰ ਕੱਢਤੀ ਹੁਣ ਟਰੈਕਟਰ ਕੱਢਦੇ ਹਾਂ ਟਰੈਕਟਰ ਦੇਖ ਕੇ ਸਟਾਰਟ ਹੁੰਦਾ ਵੀ ਆ ਕਿ ਨਹੀਂ ਸਵੇਰੇ ਇੱਦਾਂ ਹੋਇਆ ਕਿ ਇਹਦੇ ਨਾ ਹਾਰਨ ਅੱਗੇ ਗਿੱਲੇ ਮਤਲਬ ਢਕੇ ਨਹੀਂ ਸੀਗੇ ਅਤੇ ਮੀਂਹ ਪੈਂਦਾ ਸੀਗਾ ਬਾਕੀ ਸਾਰਾ ਟਰੈਕਟਰ ਢਕਿਆ ਸੀਗਾ ਅਤੇ ਪਤਾ ਨਹੀਂ ਉਹਨਾਂ ਦੇ ਪਾਣੀ ਪੈ ਗਿਆ ਪਤਾ ਨਹੀਂ ਕੀ ਹੋਇਆ ਉਹ ਚਾਰ ਊਟਸ ਜੋ ਵੱਜਣ ਲੱਗੇ ਸਵੇਰ ਦੇ ਚਾਰ ਵਜੇ ਸਾਰਿਆਂ ਨੂੰ ਉਠਾਲਤਾ ਇਹਨਾਂ ਨੇ ਪੈ ਗਿਆ ਉਹ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਮੁੱਲਾ ਤਾਂ ਅੱਧਾ ਪੌਣਾ ਘੰਟਾ ਹਾਰਨ ਵੱਜੇ ਉਹਨੇ ਉਹਦੇ ਕਰਕੇ ਨਾ ਬੈਟਰੀ ਖਿੱਚ ਕੇ ਆਉਣਾ ਭਰਤਾ ਵੀ ਮੈਨੂੰ ਪਹਿਲਾਂ ਲੱਗਾ ਲੈ ਲੇ ਦੇ ਗਿਆ ਜਵਾਬ ਪਰ ਹੋ ਗਿਆ ਸਟਾਰਟ ਸ਼ੋ ਕਰਿਆ ਸੋ ਜਿਹੜੀ ਮੈਂ ਪਿਛਲੀ ਤੋਂ ਪਿਛਲੀ ਵੀਡੀਓ ਪਾਈ ਉਹਦੇ 'ਚ ਮੈਂ ਇਹਦਾ ਸੱਚ ਦੱਸਿਆ ਸੱਚ ਇਹ ਆ ਕਿ ਬਾਬਾ ਜੀ ਵੱਡੇ ਟਾਇਰ ਪਾ ਕੇ ਤੁਸੀਂ ਇਹ ਵਾਲੇ ਟਾਇਰ ਆ ਨਾ ਭਾਵੇਂ ਤੁਸੀਂ 75 ਹਾਊਸ ਪਾਵਰ ਨੂੰ ਪਾ ਦਿਓ 90 ਹਾਊਸ ਪਾਵਰ ਨੂੰ ਵੀ ਪਾ ਦਿਓ ਉਹ ਟਰੈਕਟਰ ਦੱਬੂਗਾ ਇਹ ਟਰੈਕਟਰ ਹੈਗਾ 55 ਹਾਊਸ ਪਾਵਰ ਠੀਕ ਆ ਇਹ ਇਹਨੂੰ ਵੱਧ ਤੋਂ ਵੱਧ 17 ਦੇ ਟਾਇਰ ਠੀਕ ਆ ਇਹਨੂੰ ਸਿਰਫ ਅਤੇ ਸਿਰਫ ਸ਼ੌਕੀਨੀ ਤੌਰ 'ਤੇ ਬਣਾਇਆ ਗਿਆ ਆ ਐਡੇ ਬਕਵਾਸ ਐਡਾ ਬਕਵਾਸ ਇਹ ਟਰੈਕਟਰ ਸੀ ਚੱਲਦਾ ਦੇਖਿਆ ਇਹ ਟਰੈਕਟਰ ਸੀ ਉਦੋਂ ਦਾ ਦੇਖਿਆ ਉਹ ਬੋਸ ਟਰੈਕਟਰ 36-30 ਆ 55 ਹਾਊਸ ਪਾਵਰ ਆ ਉਹਦੇ ਹਿਸਾਬ ਨਾਲ ਟਾਇਰ ਜਦੋਂ ਉਹਨੂੰ ਪਹਿਣਗੇ ਠੀਕ ਆ ਉਹ ਧੂੜਾ ਹੀ ਪੱਟੂਗਾ ਠੀਕ ਆ 17 ਦੇ ਟਾਇਰ ਪਾ ਲਓ ਮੈਂ ਕਿਹਾ ਅੱਗ ਲਾ ਦੂ ਇਹ ਟਰੈਕਟਰ ਇਹੀ ਵਾਲਾ ਜਦ ਅਸੀਂ ਬਣਾਇਆ ਸ਼ੌਕੀਨੀ ਤੌਰ 'ਤੇ ਆ ਤੁਹਾਡੇ ਜਿਹੜੇ ਕੁਐਸਚਨ ਆਏ ਸੀ ਸਿਰਫ ਅਤੇ ਸਿਰਫ ਅਸੀਂ ਉਨਿਆਂ ਦਾ ਜਵਾਬ ਦਿੱਤਾ ਸਿਰਫ ਅਤੇ ਸਿਰਫ ਉਨਿਆਂ ਦਾ ਕਿ ਹਾਂਜੀ ਬਾਈ ਵਾਈਲੀ ਕਿੱਦਾਂ ਆ ਜਿਹੜਾ ਤੱਪੜ ਵਾਹਣ ਆ ਉਹ 'ਚ ਇੱਦਾਂ ਤੁਰਿਆ ਜਿਹੜਾ ਨੋਰਮਲ ਵਾਹਣ ਆ ਉਹ 'ਚ ਵੀਰ ਨੇ ਜਿਹੜਾ ਜਿਹਨੇ ਟਰੈਕਟਰ ਪੂਰਾ ਤਿਆਰ ਕੀਤਾ ਉਹਨੇ ਵਾਹ ਕੇ ਦਿਖਾਇਆ ਠੀਕ ਆ ਬਕਵਾਸ ਨਾ ਕਰਿਆ ਕਰੋ ਜਿਹੜੀ ਚੀਜ਼ ਦਾ ਪਤਾ ਨਹੀਂ ਹੁੰਦਾ ਉਹਦੇ ਬਾਰੇ ਬੋਲਿਆ ਨਾ ਕਰੋ ਠੀਕ ਆ ਕਿ ਹੁਣ ਉਹ ਟਰੈਕਟਰ ਕਿੱਦਾਂ ਐਡਾ ਐਡਾ ਟਾਇਰ ਆ ਬਾਈ ਜੀ ਟਰੱਕ ਤੋਂ ਵੀ ਵੱਡੇ ਟਾਇਰ ਆ ਉਹਦੇ ਚੜ੍ਹਾਈ 'ਚ ਠੀਕ ਆ ਉਹ ਵਾਲਾ ਟਾਇਰ ਤੁਸੀਂ 110 ਹਾਊਸ ਪਾਵਰ ਨੇ ਪਾ ਲਓ ਉਹਦਾ ਤੋਰਾ ਬਦਲ ਜੂਗਾ ਜਦਕਿ ਇਹ ਟਰਾਲੀ ਵੀ ਖਿੱਚੀ ਫਿਰਦਾ ਮੈਂ ਕਹਿੰਦਾ ਧੂੜਾ ਪੱਟੀ ਜਾਂਦਾ ਇਹ ਟਾਇਰਾਂ 'ਚ ਵੀ ਘੱਟੋ ਘੱਟ ਇਹ ਟਰੈਕਟਰ 70 ਹਾਊਸ ਪਾਵਰ ਮਾਰ ਰਿਹਾ ਤਾਂ ਇਹ ਟਰੈਕਟਰ ਇਹ ਟਾਇਰ ਗੇੜ ਰਿਹਾ ਤੁਸੀਂ ਯਾਰ ਤੁਹਾਡਾ ਨਾ ਵੈਸੇ ਦਿਮਾਗ ਹੈ ਹੀ ਨਹੀਂ ਆ ਤੁਹਾਨੂੰ ਇਹ ਦੇਖਣਾ ਚਾਹੀਦਾ ਕਿ ਬੰਦੇ ਨੇ ਸੱਚ ਦੱਸਿਆ ਕਿ ਬਾਈ ਜੀ ਇਹ ਉਹ ਟਰੈਕਟਰ ਇਕੱਲਾ ਪੈਸੇ ਲਾ ਕੇ ਇਕੱਲਾ ਸ਼ੌਕੀਨੀ ਤੌਰ ਲਈ ਬਣਾਇਆ ਗਿਆ ਇਕੱਲਾ ਸ਼ੌਕੀਨੀ ਤੌਰ ਲਈ ਉਹ ਬੰਦਾ ਕਹਿੰਦਾ ਮੈਂ ਉੱਤੇ ਹੋਰ ਕੁਛ ਕਰਨਾ ਹੀ ਨਹੀਂ ਆ ਠੀਕ ਆ ਉਹ ਇਕੱਲਾ ਸ਼ੌਕੀਨੀ ਲਈ ਉੱਤੇ ਪੈਸੇ ਲਾਏ ਗਏ ਉਹਨੇ ਆਪਣਾ ਸੁਪਨਾ ਪੂਰਾ ਕੀਤਾ ਇੱਕ ਇੱਦਾਂ ਦਾ ਟਰੈਕਟਰ ਬਣਾ ਕੇ ਜੇ ਉਹਨੇ ਬਾਈਲੀ ਰੱਖਣਾ ਹੁੰਦਾ ਉਹਨੇ ਬਾਈਲੀ ਵੱਖਰਾ ਰੱਖਦਾ ਨਾ ਉਹਨੇ ਰੱਖੇ ਵੀ ਹੋਏ ਆ ਨਾ ਠੀਕ ਆ ਉਹਦੀ ਜਿਹੜੀ ਗੱਲ ਆ ਹੁਣ ਤੁਸੀਂ 110 ਕਿੱਲਿਆਂ ਦੀ ਬਾਈ ਕਰਨ ਲੱਗੇ ਟਾਇਰ ਐਡੇ ਪਾ ਲਓ ਬਾਅਦ 'ਚ ਕੱਢੋ ਜੀ ਉਹ ਯੂਟਿਊਬਰ ਨੇ ਐਡੇ ਟਾਇਰ ਪਾਏ ਸੀ ਭੈਣ ਤੋਂ ਜਨਤਾ ਨੂੰ ਗਲਤ ਰਾਏ ਪਾਉਣ ਡਿਆ ਆਹ ਥੋੜ੍ਹੇ ਸੋਚ ਵਿਚਾਰ ਕਰਿਆ ਕਰੋ ਕਿ ਬੰਦੇ ਨੇ ਸੱਚ ਦੱਸਿਆ ਆ ਕਿ ਯਾਰ ਜੇ ਵਾਈ ਕਰਨੀ ਆ ਤਾਂ ਆਪਾਂ ਇੱਦਾਂ ਕਰੀਏ ਉਹ ਲਈ ਵੱਖਰਾ ਟਰੈਕਟਰ ਰੱਖ ਲਈਏ ਸ਼ੌਕੀਨੀ ਤੌਰ 'ਤੇ ਕਰਨਾ ਆ ਅਤੇ ਆਪਾਂ ਇਹ ਟਾਇਰ ਪਾ ਕੇ ਰੱਖੀਏ ਕਈ ਵੀਰ ਹੁਣ ਕੀ ਕਰੂਗੇ ਦੋ ਟਾਇਰ ਵੀ ਰੱਖ ਲੂਗੇ ਵਾਈ ਟਾਈਮ ਉਹ ਉਹਦੇ ਟਾਈਮ ਉਹ ਯਾਰ ਇਹ ਤਾਂ ਤੁਹਾਨੂੰ ਵੀ ਇੰਨੀ ਕੁ ਤਾਂ ਕੋਮਨ ਸੈਂਸ ਹੈ ਜਿਹਦੇ ਕੋਲ ਕੋਮਨ ਸੈਂਸ ਹੈ ਉਹਨੂੰ ਪਤਾ ਹੋਊਗਾ ਯਾਰ ਟਾਇਰਾਂ ਦਾ ਕਿੱਡੀ ਮਤਲਬ ਵੈਲਿਊ ਹੁੰਦੀ ਆ ਕਿ ਕਿਹੜੇ ਟਾਈਮ ਕਿਹੜੇ ਟਾਇਰ ਪੈਂਦੇ ਆ ਕਿਹੜੇ ਟਾਈਮ ਕਿਹੜੇ ਟਾਇਰ ਨਹੀਂ ਠੀਕ ਆ ਅਕਲ ਕਰਿਆ ਕਰੋ ਯਾਰ ਅਤੇ ਵੀਰ ਮੇਰੇ ਪਲੀਜ਼ ਹਰੇਕ ਚੀਜ਼ ਨੂੰ ਅਸੀਂ ਤੁਹਾਡੇ ਲਈ ਬਣਾਈਦਾ ਤੁਹਾਡੇ ਫਾਇਦੇ ਲਈ ਬਣਾਈਦਾ ਤੁਹਾਡਾ ਨੁਕਸਾਨ ਅਸੀਂ ਨਹੀਂ ਚਾਹੁੰਦੇ ਤਾਂ ਕਰਕੇ ਹੋਰ ਤੁਹਾਡੇ ਤੋਂ ਕੋਈ ਹੋਲੈਂਡ ਹੋਵੇ ਤੁਸੀਂ ਉਹਨੂੰ ਹੀ ਇੱਦਾਂ ਦਾ ਬਣਾ ਲਓ ਅਤੇ ਤੁਹਾਡੀ ਪੈਲੀ 100 ਕਿੱਲਾ ਵਾਹੁਣ ਵਾਲੀ ਹੋਵੇ ਤਾਂ ਤੁਸੀਂ ਬਾਅਦ 'ਚ ਸਾਨੂੰ ਗਾਲਾਂ ਕੱਢੋ ਠੀਕ ਆ ਇੱਦਾਂ ਦਾ ਕੰਮ ਬਿਲਕੁਲ ਨਾ ਕਰਿਓ ਵੀਰ ਮੇਰੇ ਠੀਕ ਆ ਜੋ ਸੱਚ ਆ ਉਹ ਤੁਹਾਨੂੰ ਦੱਸਤਾ ਅੱਗੇ ਵੀਰ ਤੁਹਾਡੀ ਮਰਜ਼ੀ ਆ ਜਿੱਦਾਂ ਦਾ ਮਰਜ਼ੀ ਬਣਾਓ ਤੁਹਾਡੇ ਟਰੈਕਟਰ ਤੁਹਾਡੇ ਆ ਸਾਡਾ ਟਰੈਕਟਰ ਸਾਡਾ ਆ ਜਿੱਦਾਂ ਦਾ ਅਸੀਂ ਮਰਜ਼ੀ ਬਣਾ ਲਈਏ ਅਸੀਂ ਸਿਰਫ ਤੁਹਾਡੇ ਇੰਟਰਟੇਨਮੈਂਟ ਲਈ ਬਣਾਉਂਦੇ ਹਾਂ ਇੰਟਰਟੇਨਮੈਂਟ ਤੁਹਾਡਾ ਕਰਾਂਗੇ ਵਧੀਆ ਵਲੌਗ ਦੇਵਾਂਗੇ ਬਸ ਸਾਡੀ ਕੋਸ਼ਿਸ਼ ਇਹੀ ਆ ਆਹ ਦੇਖੋ ਇਹਦੇ ਸਵੇਰੇ ਹਾਰਨ ਪਤਾ ਨਹੀਂ ਹਾਰਨ ਜੁੜ ਗਿਆ ਕਿ ਕਿੱਦਾਂ ਤਾਰ ਜੁੜੀ ਫਿਰ ਸਵੇਰੇ ਲਾਈ ਇਹਨੇ 4 ਵਜੇ ਸਾਰੇ ਠਾਲਤੇ ਤਾਂ ਉਹ ਦੇਖੋ ਲਾਈਟਾਂ ਲੂਟਾਂ ਬੰਪਰ ਥੱਲੇ ਵੀ ਲੱਗੀਆਂ ਅਤੇ ਪਤਾ ਨਹੀਂ ਸੋਚੇ 'ਚ ਪਾਣੀ ਪੈ ਗਿਆ ਕੀ ਸਿਸਟਮ ਹੋਇਆ ਪਤਾ ਨਹੀਂ ਲੱਗਾ ਹੁਣ ਚੈੱਕ ਕਰਾ ਕੇ ਪਤਾ ਲੱਗੂ ਹੁਣ ਸਿਸਟਮ ਵੀ ਇੱਕ ਵਾਰੀ ਚਲਾ ਲਈਏ ਤੇਰੀ ਭੈਣ ਨੂੰ ਇੱਕ ਤਾਂ ਇਹਦਾ ਜਗਾੜ ਮਿੰਟ ਇੰਨਾ ਲੱਗਾ ਨਾ ਇੱਥੇ ਕੁਛ ਨਾ ਕੁਛ ਵੱਜਦਾ ਹੀ ਰਹਿੰਦਾ ਬੜੀ ਜ਼ੋਰ ਨਾਲ ਵੱਜਾ ਟਰਾਲੇ ਫਾਰਮ ਹਾਊਸ ਵਾਲੇ ਲੈ ਕੇ ਆਏ ਅਤੇ ਇੱਧਰੋਂ ਆਪਣੇ ਜਿਹਨਾਂ ਨੇ ਉਹ ਕਰਨੀ ਆ ਕੋਟਿੰਗ ਕਰਨੀ ਉਹ ਆ ਗਿਆ ਚਲੋ ਲੈ ਕੇ ਚੱਲਦੇ ਹਾਂ
हाँ जी हाँ जी भाई किदा कोटिंग का काम हूँ शुरू होने लगा इनू पहला धो के फिर इतने आह वाले शैड च बाल लाँगे आह शैड च बाल के फिर चंगी तरह कोटिंग कर लूँगे तो बाकी आ बाई होनी अपने नौनी आ जे आए तो बाकी तुम दसते हैं कि नाम है इन्हों का की सिस्टम है जे तुम भी करवानी है तो एक घर भी कर जाते हैं जे तो टाइम नहीं आ बाकी इन्हों का अपना भी आ फिर जरूर तुम्हें पहला करा करा लीए एक बारी चंगी तरह फिर तुम इन्हें रिव्यू दें जे आह वाले दाग दूगे ना देखो इदा हाथ ना मिटाया भी नहीं मिटते यू बाद च मिटा के दिखावे कि मिटते हैं सो काले रंग लिए बहुत ज़्यादा जरूरी आ चिट्टे लिए नहीं भी जरूरी पर काले लिए बहुत ज़्यादा जरूरी है इस करके पहला ही हले तीन चार दिन ही हुए आप करा लेना फटाफट करा के यदि जी शाइन है वह बरकरार रहेगी फिर दो साल हले दो साल ही करवा लगे हाँ सो दैट कि पहला वह चंगी तरह फायदा लै लीए फिर अगे करावे भाई अपने इतने इस टाइम खड़े आ 7555 3630 तो आ 3630 दोनों फर्क देखो पहला जमीन आसमान का फर्क आ तो पिछले ब्लॉग मैंने बीर कहते कमियां दस रहा मैं कमियां नहीं दसिया मैं ये दसिया ही कि यह वाला है कला टॉर परपसली यह है कला खेती परपसली सो दोनों का आपो अपना फंक्शन होंगे है इनू 17 के टायर मैक्सीम पा सकते हैं खेती लिए 3630 इस तो व्डे पाए तो लोड लेना ही लेना है ये भी यार मशीन आ कोई दूजी चीज़ नहीं है ये अपना खड़ा 56 तो बाकी 53 10 260 है नहीं गए 260 हले गया काम वाल तो बाकी इन्ह दो हूँ फर्क नॉर्मल की आनु मैं दसदा वो टायर का पहला फर्क आ दूजा मोरले टायर का फर्क आ तीजा सिस्टम सुस्टम उचाई का फर्क मरगाड़ उजे किए सारा कुछ की काफ़ी फर्क आ तो ये फिर आप होर भी जिदा हूँ सारा पेंट कराया वह है 2008 का मॉडल ठीक है तो यह हले आप नवा ही लिया जिदा तुम पता है उचाई का मेन शो का इन्ना फर्क है वो देखो बच्चा जहा लगता है ये देखो झूठा लगता बंपर व्डा लगा आ होर भी कई फर्क आ नॉर्मल आ नॉर्मल के सामने आ चेक करो इदा चेक करो जमीन आसमान का फर्क आ बंपर देखो तो पिछे वाला वाला फिर चेक करो क्या बात है इस टाइम आ जी ये वाले मैक जिदा तुम कहने खिचाई ली खिचाई लिए सब तो व्डे टायर आ मतलब 18 4 30 जोड़े सब तो अपने व्डे मने जाते ट्रैक्टर ये उ वाले आ इनू भी वह पे आ अपने 7500 भी वह पे आ तो इस तो बिना आ जिदा हूँ अपना यह भी 5560 हाउस पावर का ट्रैक्टर है इनू भी 1628 पे आ इनू भी 1628 के यही प्रैक्टिकल टायर है जे ये वाले जिदा हूँ आ 55 हाउस पावर है ये 17 के टायर नहीं खिंचते पर जे 3630 17 के पा दो धूड़ा पड़ता उन्होंने भी सो ये चक्कर आ बाकी ये जोड़ा बनाया गया बहुत रीझा ना यार ट्रैक्टर तैयार किया बहुत ज्यादा रीझा ना मतलब जो रोड से चलता बई जी एक बंदा नहीं आ जोड़ा इनू मुड़ के नहीं देखता जिदी जोड़ा यदि फोटो नहीं खिंचता जोड़ा इनू मतलब घूर के नहीं देख के आता कि आ कि तुरै जाता सच्ची यदा ना मैं हले पब्लिक रिव्यू करना मैं एक बार किया होया वो मेरा कैमरा ना जोड़ा उत्ते लाया वह ऑटो एक्सपोजर बंद हो गया तो वो सारे चिट्टी चिट्टी वीडियो हो गई हूँ मैं दोबारा बनाऊंगा वो मैं दे सकता पर जोड़ा मैं इतने कैमरा लाया से ना ये इतने कैमरा लाया से वाला कैमरे ने कैच किया जोड़ा मैं उत्ते मेन कैमरा जितों मेन कैप्चर हुए आला नहीं मतलब कैप्चर कर पाया करके हम आप सारा एक बार दोबारा देवे ठीक है तो हूँ दो ट्रैक्टर अपने मिसिंग आ दोनों 60 और छोटे कामों फिर चलते ही रेंदे जोड़े व्डे आए खड़ जाते हूँ आलूआं का थोड़ा समेटने का काम चल रहा है वह बस ट्रालिया पिछे पाइया हुई हैं तो बाकी मेन दोनों मैं तुम डिफरेंस दिखाना है डिफरेंस तुम्हें पता लग गया होना है कि लगता है 56 अपने 56 20 तो भी व्डा लगता है देखने चेक करो 56 20 भी ये मोहरे इदा चेक करो 56 20 भी ये मोहरे बड़ा छोटा जहा लगता बच्चा जहा लगता चलो कोई चक्कर नहीं क्योंकि यदि लुक ही एड्डी धांसू है ये अर्गा मैं सच्ची कहना पंजाब है नहीं इस टाइम ट्रैक्टर कोई बार बार कहना तो मैं सच्ची कहना मैं घर लिया मेरा एको मोटिव आ क्योंकि मैं इन्ना घेंट लगा मैं घर ही लिया हाँ तो हूँ एक अद्धे दिन वीर को छड़ के भी आना 2-3 दिन बिचों वेले रह गया मौसम करके बाकी हूँ ये 2-3 दिन आप 4-5 वीडियो बनाने तो तुम दवाने फटाफट बना लीए देखते हैं अज जे शाम को टाइम लगा तो अच्छ शाम को पब्लिक रिव्यू करते हैं करा जरूर बहुत छेती तो तुम एक करा मतलब लोगों का अट्रैक्शन दिखावे इस ट्रैक्टर लिए किन्ना आ बहुत ज़्यादा आ मैं कहना अंत का आ पूरा अंत का दिखावे बस हम मैं देखना जा इस वीडियो ज अगली वीडियो दोनों चो एक वीडियो दिखाऊंगा जरूर थले जस्ट कंपाउंड हो रहा तो शाइन चेक करो पूरी कलैरिटी आ हुण पता की चक्कर पैन डिया आ चक्कर ये पैन डिया आ कि एक तो जिहड़ी कंपनियां आ इन्हां दा ये काम बहुत चल पिया आ साफ तो सीधी जी गल आ कि डीलर नाल मिल गई आ तो काफ़ी इन्हां दा काम घट गया आ डीलर नाल मिलन करके हुण गड्डियां सीधियां ब्लैक च ही दे रहे आ उदा गड्डी नहीं मिलती मैं तुहानूं पहलां वी दस्सिया उहदे करके क्योंकि गड्डी सीधी बिना देखे अपने हाथ च आ जांदी आ तो उहदे करके जिहड़ा पेंट दी जिहड़ी मेन आ कुछ नहीं देखदे उद्दे भेज दिंदे आ तो काफ़ी इहदे च मतलब डलनैस हुंदी आ
ਤੇ ਕਾਫੀ ਪੇਂਟ ਡੱਲ ਹੁੰਦਾ ਆ ਤੇ ਉਹਦੇ ਕਰਕੇ ਨਾ ਹੁਣ ਜਿੱਦਾਂ ਇਹਦਾ ਪੇਂਟ ਇਹ ਸਫਾਈ ਹੋ ਰਹੀ ਆ ਬਹੁਤ ਜ਼ਿਆਦਾ ਸੋਹਣਾ ਪੇਂਟ ਨਹੀਂ ਕਰਿਆ ਹੁਣ ਪਤਾ ਲੱਗਦਾ ਕਿ ਕਿੰਨਾ ਨਵਾਂ ਕਲਰ ਆ ਕਿੰਨਾ ਜ਼ਿਆਦਾ ਨਵਾਂ ਕਲਰ ਆ ਅਤੇ ਬਾਕੀ ਜਿਹੜੀ ਹੁਣ ਆਹ ਬਾਈ ਹੁਣਾਂ ਦੀ ਸਿਫਤ ਇਹ ਆ ਕਿ ਜਿੱਦਾਂ ਹੁਣ ਆਪਾਂ ਉਹ ਏਜੰਸੀ 'ਚੋਂ ਕਰਾਈ ਸੀ ਉਹਨਾਂ ਨੇ ਇੱਕ ਦਿਨ 'ਚ 5 ਕਰਤੀਆਂ ਸੀ ਦੋਵਾਂ ਬੰਦਿਆਂ ਨੇ ਬੇਸ ਕਿੰਨਾ ਕੁ ਬਣਿਆ ਹੋਊਗਾ ਕਿੰਨਾ ਕੁ ਉਹ 'ਤੇ ਕੈਮੀਕਲ ਸਹੀ ਤਰ੍ਹਾਂ ਲੱਗਾ ਹੋਊਗਾ ਤੁਹਾਨੂੰ ਪਤਾ ਹੁਣ ਇਹ 'ਚ ਇਹ 7-8 ਘੰਟੇ ਇੱਕ ਨੂੰ ਹੀ ਲੱਗਣਾ ਆ ਇੱਕ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਰਗੜ ਕੇ ਚੰਗੀ ਤਰ੍ਹਾਂ ਸਫਾਈ ਦੇ ਕੇ ਫੇ ਇਹ 'ਤੇ ਕੈਮੀਕਲ ਅਪਲਾਈ ਹੋਣਾ ਅਤੇ ਫੇ ਜਾ ਕੇ ਇਹਦੀ ਅਸਲੀ ਸ਼ਾਈਨ ਆਉਣੀ ਆ ਅਤੇ ਇਹ 'ਚ ਤੁਸੀਂ ਆਪੇ ਸਿਆਣੇ ਆ ਕਿ ਜਿੰਨੇ ਟਾਈਮ 'ਚ 5 ਗੱਡੀਆਂ ਹੁੰਦੀਆਂ ਉਨੇ ਟਾਈਮ 'ਚ 1 ਗੱਡੀ ਹੋਣੀ ਅਤੇ ਇਹਦਾ ਫਾਇਦਾ ਕੀ ਹੋਊਗਾ ਕਿੰਨੀ ਸ਼ਾਈਨ ਆਊਗੀ ਜਾਂ ਕੀ ਉੱਤੇ ਮਿਹਨਤ ਦਾ ਫਲ ਆਉਂਦਾ ਤੁਹਾਨੂੰ ਸਾਰਾ ਦਿਖਾਵਾਂਗੇ ਸਾਰਾ ਦੱਸਾਂਗੇ ਅਤੇ ਬਾਕੀ ਬਹੁਤ ਰੀਜ਼ਨੇਬਲ ਆ ਰਾਧਾ ਦੈਨ ਜਿਹੜਾ ਏਜੰਸੀ ਉਹ ਕਰਾਈ ਦੇ ਉਹ ਤੋਂ ਘੱਟ ਪੈਸਿਆਂ 'ਚ ਹੀ ਇਹ ਅਤੇ ਕੰਮ ਉਹ ਤੋਂ ਬਹੁਤ ਜ਼ਿਆਦਾ ਆ ਬਾਕੀ ਇੱਕ ਵਾਰੀ ਹੁਣ ਹੋ ਰਿਹਾ ਜਿੱਦੇ ਦਾ ਨਾਲ ਹੋ ਰਿਹਾ ਬਹੁਤ ਫਰਕ ਲੱਗ ਰਿਹਾ ਬਹੁਤ ਜ਼ਿਆਦਾ ਫਰਕ ਲੱਗ ਰਿਹਾ ਆ ਇੱਦਾਂ ਹੀ ਹੁਣ ਮੈਂ ਤੁਹਾਨੂੰ ਦਿਖਾਉਣਾ ਇਹ 'ਚ ਫਰਕ ਦੇਖੋ ਜਿੱਦਾਂ ਆਹ ਹੋ ਚੁੱਕਾ ਆ ਉਹ ਹੋ ਰਿਹਾ ਆ ਸ਼ਾਈਨ 'ਚ ਆਪਾਂ ਇਸ ਤੁਹਾਡੇ ਸਾਹਮਣੇ ਆ ਸ਼ਾਈਨ ਜ਼ਮੀਨ ਆਸਮਾਨ ਦਾ ਫਰਕ ਪਈ ਜਾਂਦਾ ਬਾਕੀ ਹਲੇ ਕੈਮੀਕਲ ਅਪਲਾਈ ਹੋਣੇ ਉਸ ਤੋਂ ਬਾਅਦ ਤਾਂ ਸ਼ਾਈਨ ਕੁਛ ਹੋਰ ਹੀ ਹੋ ਜਾਣੀ ਆ ਹਲੇ 3 ਕੋਡ ਵੱਜ ਗਏ ਆ ਬੈਕਸ ਹਲੇ ਵੱਜਣੀ ਆ ਮੇਨ ਕੀ ਵੱਜਦਾ ਹੁੰਦਾ ਵੀਰੇ ਸਰਾਮਿਕ ਕੋਟਿੰਗ ਜਿਹੜੀ ਉਹ ਵੀ ਵੱਜਣੀ ਆ ਹਲੇ ਤਾਂ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ ਕਿਉਂਕਿ ਕੰਪਨੀ ਨੇ ਪਿੱਛੋਂ ਕੁਛ ਨਹੀਂ ਕਰਕੇ ਦਿੱਤਾ ਹੁਣ ਜੋ ਵੀ ਹੋ ਰਿਹਾ ਆ ਸਾਰਾ ਵਧੀਆ ਹੋ ਰਿਹਾ ਆ ਅਤੇ ਸ਼ਾਈਨ ਪੂਰੀ ਵਾਪਸ ਆ ਰਹੀ ਆ ਦੇਖੋ ਸਾਰੀ ਰਿਫਲੈਕਸ਼ਨ ਬਿਲਕੁਲ ਸ਼ੀਸ਼ਾ ਹੀ ਬਣ ਗਿਆ ਕਾਲਾ ਰੰਗ ਤੁਹਾਡੇ ਸਾਹਮਣੇ ਹੀ ਆ ਬਾਕੀ ਜਿੱਦਾਂ ਵੀ ਇਹਦਾ ਇੱਕ ਹੁਣ ਫਾਈਨਲ ਟੱਚ ਆਉਂਦਾ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਸੋ ਬਾਬਾ ਜੀ ਫਾਈਨਲ ਟੱਚ ਕੋਟਿੰਗ ਦਾ ਵੱਜ ਰਿਹਾ ਆ ਇੱਧਰ ਵੱਜ ਗਈ ਆ ਕਰੋ ਚੈੱਕ ਇਹ ਫਰਕ ਆ ਇਹ 7-8 ਘੰਟਿਆਂ 'ਚ 1 ਗੱਡੀ ਹੋਈ ਆ ਜਦੋਂ ਆਹ ਕਰਾਈਆਂ ਸੀ ਉਦੋਂ 7-8 ਘੰਟਿਆਂ 'ਚ 5 ਕੱਢਤੀਆਂ ਸੀ ਫਰਕ ਆ ਬਹੁਤ ਫਰਕ ਲੱਗਾ ਅਤੇ ਬਾਕੀ ਮੈਂ ਕੰਟੈਕਟ ਅਤੇ ਸਾਰਾ ਬਾਈ ਹੁਣਾਂ ਦਾ ਜੋ ਵੀ ਹੋਊਗਾ ਸਿਸਟਮ ਤੁਹਾਨੂੰ ਮੈਂ ਡਿਸਕ੍ਰਿਪਸ਼ਨ 'ਚ ਛੱਡ ਦੂੰਗਾ ਕਰਾਉਣੀ ਹੋਈ ਤੁਸੀਂ ਆਪਣੀ ਅਪੁਆਇੰਟਮੈਂਟ ਫਿਕਸ ਕਰ ਦਿਓ ਘਰੇ ਕਰਾਉਣੀ ਘਰੇ ਕਰਾ ਲਿਓ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉੱਦਾਂ ਕਰਾ ਲਿਓ ਸੋ ਬਾਬੇ ਵੀਲ ਵੀ ਕਰਾ ਲਿਆ ਆਪਾਂ ਕੋਟਿੰਗ ਬਹੁਤ ਘੈਂਟ ਹੋਏ ਆ ਕਿਉਂਕਿ ਕਰੋਮ ਆ ਕਰੋਮ ਡੱਲ ਹੋ ਜਾਂਦਾ ਆ ਇਸ ਕਰਕੇ ਆਪਾਂ ਕਰੋਮ ਦੀ ਲਾਈਫ ਵੀ ਵਧਾ ਲਈ ਆ ਅਤੇ ਗੱਡੀ ਬਹੁਤ ਜ਼ਿਆਦਾ ਰੀਜ਼ਨੇਬਲ ਵੀ ਅਤੇ ਬਹੁਤ ਜ਼ਿਆਦਾ ਘੈਂਟ ਪ੍ਰੋਡਕਟ ਨਾਲ ਹੋ ਚੁੱਕੀ ਆ ਇਸ ਵਾਰੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਇਆ ਅਤੇ ਇਸ ਵਾਰੀ ਪਤਾ ਵੀ ਲੱਗ ਗਿਆ ਕੋਟਿੰਗ ਹੁੰਦੀ ਕੀ ਆ ਨਹੀਂ ਤਾਂ ਪਹਿਲਾਂ ਪਤਾ ਹੀ ਨਹੀਂ ਲੱਗਾ ਸੀ ਚੈੱਕ ਕਰੋ ਵੀਲ ਹੋ ਰਹੇ ਆ ਨਹੀਂ ਤਾਂ ਪਹਿਲਾਂ ਸੱਚੀ ਹੋ ਨਹੀਂ ਪਤਾ ਲੱਗਾ ਕੋਟਿੰਗ ਹੁੰਦੀ ਕੀ ਆ ਘੰਟੇ ਘੰਟੇ ਕੋਟਿੰਗ ਕਰਕੇ ਦੇ ਦਿੱਤੀਆਂ ਗੱਡੀਆਂ ਬਾਈ ਜੀ ਘੰਟੇ ਗੱਡੀ ਕੋਟਿੰਗ ਨਹੀਂ ਹੁੰਦੀ ਅੱਜ ਪਤਾ ਲੱਗ ਗਿਆ ਘੱਟੋ ਘੱਟ 8-9 ਘੰਟੇ ਜੇ ਤੁਹਾਡੀ ਗੱਡੀ ਕੋਟਿੰਗ ਹੁੰਦੀ ਆ ਦੈਨ ਸਹੀ ਆ ਜੇ ਨਹੀਂ ਹੁੰਦੀ ਫਿਰ ਪੱਕਾ ਕੁਛ ਗੜਬੜਿਆ ਕੁਛ ਵਿੱਚ ਨਹੀਂ ਬੇਸ ਨਹੀਂ ਜਾਂ ਚੰਗੀ ਤਰ੍ਹਾਂ ਬਣਦਾ ਜਾਂ ਕੁਛ ਗੜਬੜੀ ਹੈ ਸੋ ਬਾਈ ਹੁਣਾਂ ਦਾ ਮੈਂ ਨੰਬਰ ਤੁਹਾਨੂੰ ਦੇ ਜੂੰਗਾ ਜਿਹੜੇ ਵੀ ਵੀਰਾਂ ਨੇ ਕਰਾਉਣੀ ਆ ਅਤੇ ਤੁਸੀਂ ਕਰਾ ਲਿਓ ਜਿਹੜੀ ਮਰਜ਼ੀ ਗੱਡੀ ਹੋਵੇ ਜਿਹੜੀ ਮਰਜ਼ੀ ਗੱਡੀ ਹਰੇਕ ਲਈ ਇਹ ਚੀਜ਼ਾਂ ਅਵੇਲੇਬਲ ਆ ਜਿਹੜੀ ਮਰਜ਼ੀ ਤੁਸੀਂ ਗੱਡੀ ਕਰਾ ਲਿਓ 0 ਤੋਂ ਲੈ ਕੇ 100 ਤੱਕ ਸਾਰਿਆਂ ਲਈ ਇਹ ਵਾਲੀ ਕੋਟਿੰਗ ਅਵੇਲੇਬਲ ਆ 10 ਕੋਟਿੰਗ ਆ 10 ਥਿਕਨੈਸ ਜਿਹੜੀ ਸਭ ਤੋਂ ਜ਼ਿਆਦਾ ਆ ਰਹੀ ਆ ਅੱਜ ਦੀ ਡੇਟ 'ਚ ਬਾਬਾ ਫੁੱਲੀ ਡਨ ਹੋ ਗਈ ਆ ਅਤੇ ਬਾਈ ਹੁਣਾਂ ਦਾ ਥੈਂਕ ਯੂ ਆ ਆਪਣੇ ਬਾਈ ਦੱਸੋ ਭਾਅ ਜੀ ਇੱਕ ਵਾਰੀ ਆਪਣੇ ਬਾਰੇ ਸਾਰੇ ਸਰ ਸਾਡਾ ਲਗਜ਼ਰੀ ਪੁਆਇੰਟ ਜਲੰਧਰ ਹੈ ਜੀ ਪ੍ਰਭਵੀਰ ਸਾਡੇ ਬਹੁਤ ਹੀ ਖਾਸ ਅਤੇ ਅਜ਼ੀਜ਼ ਦੋਸਤ ਹੈ ਕਾਫੀ ਟਾਈਮ ਤੋਂ ਅਸੀਂ ਇਨ ਟੱਚ ਸੀਗੇ ਅਤੇ ਹੁਣ ਮੌਕਾ ਮਿਲਿਆ ਭਾਅ ਜੀ ਦੀ ਗੱਡੀ ਸਾਨੂੰ ਸਰਾਮਿਕ ਕਰਨ ਦਾ ਬਾਕੀ ਹਾਂ ਟੀਨੂ ਭਾਈ ਦਾ ਵੀ ਰੈਫਰੈਂਸ ਬਾਕੀ ਭਾਈ ਹੁਣਾਂ ਦਾ ਆਪਣਾ ਕਾਲ ਸੇਲ ਪਰਚੇਜ਼ ਦਾ ਬਿਜ਼ਨਸ ਆ ਅਤੇ ਬਾਕੀ ਜੇ ਕਿਸੇ ਨੇ ਵੀ ਕਿਤੇ ਵੀ ਭਾਈ ਅਵੇਲੇਬਲ ਹੈ ਇਹ ਸਰਵਿਸ ਹਾਂਜੀ ਹਾਂਜੀ ਜੇ ਤੁਸੀਂ ਸਾਡੇ ਆਫਿਸ ਭੇਜ ਕੇ ਕਰਾਉਣਾ ਚਾਹੁੰਦੇ ਅਸੀਂ ਉੱਥੇ ਕਰ ਦਾਂਗੇ ਅਦਰਵਾਈਜ਼ ਪੈਨ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਬੈਠੇ ਹਾਂ ਕਿਤੇ ਵੀ ਭਾਈ ਦੀ ਵੀਡੀਓ ਦੇਖ ਰਹੇ ਹਾਂ ਅਸੀਂ ਘਰ ਦੇ ਵਿੱਚ ਜਾ ਕੇ ਵੀ ਸਰਵਿਸ ਦਿੰਦੇ ਹਾਂ ਸਾਡੀ ਪੂਰੀ ਟੀਮ ਵਿੱਚ ਸਾਡਾ ਸਾਰਾ ਜਿੱਦਾਂ ਵੀ ਆਪਾਂ ਤਾਮ ਝਾਮ ਰੱਖਿਆ ਅਸੀਂ ਆਪਣੇ ਇਕੁਇਪਮੈਂਟਸ ਰੱਖੇ ਆ ਨਾਲ ਲੈ ਕੇ ਘਰਾਂ ਦੇ ਵਿੱਚ ਵੀ ਸਰਵਿਸ ਦਿੰਦੇ ਉਹਦੇ ਨਾਲ ਸੈਟੀਸਫੈਕਸ਼ਨ ਲੈਵਲ ਵੱਧ ਜਾਂਦਾ ਹੋਰ ਕੁਛ ਨਹੀਂ ਕਸਟਮਰ ਦੇ ਸਾਹਮਣੇ ਕਰਾਂਗੇ ਹੁਣ ਭਾਅ ਜੀ ਦੇ ਸਾਹਮਣੇ ਕੀਤੀ ਆ ਤਾਂ ਭਾਅ ਜੀ ਨੂੰ ਪੂਰੀ ਸੈਟੀਸਫੈਕਸ਼ਨ ਆ ਵੀ ਕੀ ਪ੍ਰੋਡਕਟ ਅਸੀਂ ਯੂਜ਼ ਕੀਤੇ ਕਿੱਦਾਂ ਕੀਤੇ ਆ ਬਿਲਕੁਲ ਇਹ ਸੈਟੀਸਫੈਕਸ਼ਨ ਬਾਕੀ ਭਾਈ ਆਪਣਾ ਆਫਿਸ ਵੀ ਦੱਸ ਦਿਓ ਆਫਿਸ ਸਾਡਾ ਸਰ ਨੀਅਰ ਕਿਊਰੋ ਮਾਲ ਆ ਵਾਈਟ ਡਾਇਮੰਡ ਰਿਜ਼ੋਰਟ ਦੇ ਬਿਲਕੁਲ ਆਪੋਜ਼ਿਟ 66 ਰੋਡ ਜਿੱਥੇ ਜਲੰਧਰ ਹਾਈਟਸ ਦਾ ਰੋਡ ਹੈਗਾ ਅਤੇ ਆਪਣਾ ਨੰਬਰ ਵੀ ਦੱਸ ਦਿਓ ਮੇਰਾ ਨੰਬਰ ਹੈਗਾ 8304900004 ਚਲੋ ਬਾਈ ਕਰ ਲਿਓ ਬਾਈ ਜੀ ਕੰਟੈਕਟ ਜਿਹੜੇ ਵੀਰਾਂ ਨੇ ਕਰਨਾ ਆ ਅਤੇ ਜੇ ਤੁਸੀਂ ਇੱਦਾਂ ਹੀ ਸਰਵਿਸ ਚਾਹੁੰਦੇ ਆ ਅਤੇ ਬਸ ਹੁਣ ਲਾਈਏ ਬੈਕ ਟੂ ਸਮਾਨ ਉਹ ਗੱਡੀ ਇੱਥੇ ਗੱਡੀ ਇਹਨੂੰ ਬਾਹਰ ਅਤੇ ਸਾਰੀਆਂ ਜਗ੍ਹਾ ਫਿਰ ਤੋਂ ਉੱਦਾਂ ਹੀ ਗੱਡੀਆਂ ਸੈਟਲ ਕਰੀਏ ਕਿਉਂਕਿ ਹਲੇ ਇਹੀ ਚੱਲਣੀ ਆ ਫਿਰ ਉਸ ਹਿਸਾਬ ਨਾਲ ਗੱਡੀਆਂ ਲਾਈਨ ਅਪ ਕਰ ਦਈਦੀਆਂ